ਸਿਆਹੀ ਕਰਨ ਆਏ ਦੋ ਅਜਿਹੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਪੁਲਿਸ ਨੇ ਕਰੀਬ 1 ਕਰੋੜ ਦੀ ਡਰੱਗ ਤੇ ਡਰੱਗ ਮਨੀ ਬਰਾਮਦ ਕੀਤੀ ਹੈ। ਫੜੇ ਗਏ ਦੋਸ਼ੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਜਿਨ੍ਹਾਂ ਨੂੰ ਪੁਲਿਸ ਨੇ ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਜਾਣਕਾਰੀ ਮੁਤਾਬਿਕ ਫੜੀ ਗਈ ਮਹਿਲਾ ਤੇ ਨੌਜਵਾਨ ਹੈਰੋਇਨ ਦਾ ਧੰਦਾ ਕਰਦੇ ਨੇ ਜਿਨ੍ਹਾਂ ਕੋਲੋਂ 200 ਗ੍ਰਾਮ ਹੈਰੋਇਨ ਤੇ 5400 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਨੇ। ਫਿਲਹਾਲ ਪੁਲਿਸ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕਰੇਗੀ। ਪੁਲਿਸ ਨੂੰ ਇਹਨਾਂ ਦੋਸ਼ੀਆਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ। CIA ਸਟਾਫ ਫਾਜ਼ਿਲਕਾ ਤੇ ਅਬੋਹਰ ਸਦਰ ਨੇ ਕੱਲ ਹੈਵੀ ਰਿਕਵਰੀ ਕੀਤੀ ਹੈ। 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਤੇ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਹੜਾ ਕਿ ਵੱਖ ਵੱਖ ਥਾਣਿਆਂ ਦੇ ਵਿੱਚ ਸਦਰ ਅਬੋਹਰ ਅਤੇ ਸਿਟੀ ਫਾਜ਼ਿਲਕਾ ਦੇ ਵਿੱਚ ਜਿਹੜਾ FIR ਦਰਜ ਕੀਤੀ ਗਈ ਆ ਅਤੇ ਦੋਸ਼ੀਆਂ ਨੂੰ ਅੱਜ ਜਿਹੜਾ ਹੈਗਾ ਪੇਸ਼ ਕਰਕੇ ਅਦਾਲਤ ਰਿਮਾਂਡ ਲਿਆ। ਇਹ ਟੋਟਲ 3 ਬੰਦੇ ਫੜੇ ਗਏ, ਇੱਕ ਲੇਡੀ ਆ ਅਤੇ 2 ਜੈਂਟਸ ਨੇ। ਇਹ ਹੈਰੋਇਨ ਦਾ ਜਿਹੜਾ ਪੁੱਛਗਿੱਛ ਉਹ ਸਿਰਸੇ ਦਾ ਹਰਿਆਣਾ ਤੋਂ ਆ ਰਹੇ। 50,000 ਡਰੱਗ ਬਣੇ।